ਸਤਿ ਸ਼੍ਰੀ ਅਕਾਲ ਜੀ, ਵੈਲਕਮ ਆ ਜੀ ਤੁਹਾਡਾ ਮੇਰੇ ਚੈਨਲ ਬੀ ਸਟਾਈਲਿਸ਼ ਦੀ। ਅਤੇ ਅੱਜ ਆਪਾਂ ਫਿਰ ਤੁਹਾਡੇ ਨਾਲ ਬਹੁਤ ਹੀ ਪਿਆਰਾ ਜਿਹਾ ਇੱਕ ਡਿਜ਼ਾਈਨ ਸ਼ੇਅਰ ਕਰਦੇ ਹਾਂ। ਸੋ ਇਹ ਹੈਗਾ ਜਿਵੇਂ ਤੁਸੀਂ ਲਾਈਟ ਸ਼ੇਡ ਪਸੰਦ ਕਰਦੇ ਹੋ ਤਾਂ ਉਹਨੂੰ ਤੁਸੀਂ ਪਾਰਟੀ ਵੇਅਰ ਕਿਵੇਂ ਬਣਾ ਸਕਦੇ ਹੋ ਔਰ ਬ੍ਰਾਈਟ ਲੁੱਕ ਹੈ ਜਿਹੜੀ ਕਿਵੇਂ ਦੇ ਸਕਦੇ ਹੋ। ਸੋ ਇਹ ਜਿਵੇਂ ਅਸੀਂ ਪੂਰੇ ਫੋਰਮਲ ਸੂਟ ਹੈ ਜਿਹੜਾ ਤੁਸੀਂ ਵੇਅਰ ਕਰ ਸਕਦੇ ਹੋ, ਬਿਲਕੁਲ ਕਰੀਮ ਸ਼ੇਡ 'ਤੇ ਬਣਿਆ ਹੋਇਆ। ਉਹਨੂੰ ਕਿਵੇਂ ਤੁਸੀਂ ਡਾਰਕ ਜਿਹੜੇ ਐਮਬਰਾਇਡਰੀ ਨਾਲ ਡਿਫਰੈਂਟ ਤਰ੍ਹਾਂ ਦਾ ਜਿਹੜਾ ਕੰਸੈਪਟ ਹੈ ਰੈਡੀ ਕਰ ਸਕਦੇ ਹੋ। ਸੋ ਇੱਕ ਸਟਾਈਲਿਸ਼ ਔਰ ਡਿਜ਼ਾਈਨ ਹੈ ਇਹ, ਦੇਖੋ ਜੀ। ਬਿਲਕੁਲ ਇਹਦਾ ਜਿਹੜਾ ਬੇਸ ਹੈਗਾ ਉਹ ਕਰੀਮ ਹੈ, ਕਰੀਮ ਸ਼ੇਡ 'ਤੇ ਇਹ ਬਣਿਆ ਹੋਇਆ ਪ੍ਰੋਪਰ ਇਸ ਤਰ੍ਹਾਂ ਦਾ। ਇਹਦੇ ਨਾਲ ਅਸੀਂ ਪਲਾਜ਼ੋ ਆ ਜਿਹੜਾ ਬਣਾਇਆ। ਸੋ ਇਹ ਬਿਲਕੁਲ ਕਰੀਮ ਸ਼ੇਡ ਹੈ ਔਰ ਇਹਦੇ 'ਤੇ ਸਾਰੇ 'ਤੇ ਅਸੀਂ ਐਮਬਰਾਇਡਰੀ ਕੀਤੀ ਹੋਈ ਹੈ। ਦੇਖੋ ਬਹੁਤ ਹੀ ਮਲਟੀ ਸ਼ੇਡਡ ਹੈ ਜਿਹੜੀ ਐਮਬਰਾਇਡਰੀ ਹੈ। ਨੀਚੇ ਅਸੀਂ ਲੇਸ ਦਿੱਤੀ ਹੋਈ ਹੈ। ਇਹ ਜਿਹੜੀ ਆ ਦੇਖੋ, ਦੋ ਤਿੰਨ ਤਰ੍ਹਾਂ ਦੇ ਜਿਹੜੇ ਇਹਦੇ ਵਿੱਚ ਸ਼ੇਡ ਲੱਗੇ ਹੋਏ ਆ, ਮਜੰਟਾ, ਔਰੇਂਜ ਔਰ ਰੈੱਡ ਔਰ ਗ੍ਰੀਨਿਸ਼ ਸ਼ੇਡ ਆ ਜਿਹੜਾ ਇਹਦੇ ਲੀਵਸ ਦੇ ਵਿੱਚ ਦਿੱਤਾ ਹੋਇਆ। ਵਿੱਚ ਇਹਦਾ ਜਿਹੜਾ ਪੀਟਰ ਵਰਕ ਕੀਤਾ ਹੋਇਆ, ਇਹ ਦੇਖੋ ਬਹੁਤ ਹੀ ਪੀਟਾ ਵਰਕ ਨਾਲ ਜਿਹੜਾ ਇਹਦੇ ਵਿੱਚ ਇੱਕ ਫੋਰਮਲ ਜਿਹੀ ਲੁੱਕ ਆਉਂਦੀ ਹੈ। ਗਲੇ ਦੇ ਉੱਪਰ ਆ ਜਿਹੜੀ ਦੀ ਐਮਬਰਾਇਡਰੀ ਡਿਫਰੈਂਟ ਤਰੀਕੇ ਨਾਲ ਕੀਤੀ ਹੋਈ ਹੈ, ਚੈੱਕ ਦਿੱਤਾ ਹੋਇਆ ਔਰ ਚੈੱਕ ਦੇ ਵਿੱਚ ਫਲਾਰ ਦਿੱਤੇ ਹੋਏ ਆ। ਇਸ ਤਰ੍ਹਾਂ ਇਹ ਜਿਹੜਾ ਨੈਕ ਦਾ ਡਿਜ਼ਾਈਨ ਹੈ ਔਰ ਘੇਰੇ 'ਤੇ ਇਸ ਤਰ੍ਹਾਂ ਇਹਦਾ ਡਿਜ਼ਾਈਨਿੰਗ ਬਣਦੀ ਹੈ ਔਰ ਅਸੀਂ ਲੇਸ ਦਿੱਤਾ ਹੋਇਆ, ਕਿਉਂਕਿ ਜਦੋਂ ਇਸ ਤਰ੍ਹਾਂ ਦੇ ਡਿਜ਼ਾਈਨਿੰਗ ਹੁੰਦੀ ਹੈ ਤਾਂ ਉਹਨੂੰ ਇੱਕ ਬਾਰਡਰ ਦੀ ਜ਼ਰੂਰ ਲੋੜ, ਬਾਰਡਰ ਜਿਹੜਾ ਬਣਾਉਣਾ ਜ਼ਰੂਰੀ ਹੁੰਦਾ। ਸੋ ਅਸੀਂ ਉਹਦੇ ਲਈ ਗੋਲਡਨ ਆ ਜਿਹੜਾ ਇਹਨੂੰ ਟੱਚ ਦਿੱਤਾ ਹੋਇਆ। ਵਿੱਚ ਇਹਦੇ ਜਿਹੜਾ ਤਿੱਲੇ ਦਾ ਵਰਕ ਵੀ ਹੈ ਔਰ ਇਹ ਜਿਹੜਾ ਸਾਰੇ ਤਰ੍ਹਾਂ ਦਾ ਇਹਨੂੰ ਲੁੱਕ ਦਿੱਤਾ ਹੋਇਆ ਹੈ। ਦੇਖੋ ਤਿੱਲਾ ਵੀ ਹੈ, ਪੀਟਾ ਵੀ ਹੈ, ਮਸ਼ੀਨ ਐਮਬਰਾਇਡਰੀ ਵੀ ਹੈ ਔਰ ਬਹੁਤ ਸਾਰੇ ਜਿਹੜੇ ਇਹਦੇ ਵਿੱਚ ਕਲਰ ਕੰਬੀਨੇਸ਼ਨ ਦੇ ਕੇ ਇਹਨੂੰ ਲੁੱਕ ਦਿੱਤੀ ਹੋਈ ਹੈ। ਸੋ ਇੱਕ ਬਹੁਤ ਹੀ ਪਾਰਟੀ ਵੀਅਰ ਹੈਵੀ ਬਣ ਜਾਂਦਾ ਔਰ ਇਹਦੇ ਨਾਲ ਜਿਹੜਾ ਦੁਪੱਟਾ ਹੈਗਾ ਇਹ ਵੀ ਤੁਸੀਂ ਦੇਖੋ ਮਲਟੀ ਸ਼ੇਡਡ ਹੈ। ਜੋ ਸ਼ੇਡ ਹੈਗੇ ਆ ਜਿਹੜੇ ਦੁਪੱਟੇ ਦੇ ਵਿੱਚ ਹੈ ਉਹੀ ਅਸੀਂ ਸੂਟ ਦੇ ਵਿੱਚ ਲਗਾਏ ਹੋਏ ਹੈ। ਜਦੋਂ ਇਸ ਤਰ੍ਹਾਂ ਕਰਕੇ ਤੁਸੀਂ ਸਾਰੇ ਜਿਹੜੇ ਕਲਰ ਦੇਖਦੇ ਹੋ ਤਾਂ ਸਾਰੇ ਕਲਰ ਆ ਜਿਹੜੇ ਸੂਟ ਦੇ ਵਿੱਚ ਹੈ ਔਰ ਇਹਦੇ 'ਤੇ ਅਸੀਂ ਅਜੇ ਇਸ ਤਰ੍ਹਾਂ ਦੀ ਜਿਹੜੀ ਗੋਲਡਨ ਲੇਸ ਲਾ ਕੇ ਇਹਨੂੰ ਫਿਨਿਸ਼ ਕਰਨਾ ਹੈਗਾ। ਦੁਪੱਟੇ ਨੂੰ ਸਿੰਪਲ ਗੋਲਡਨ ਲੇਸ ਦੇਵਾਂਗੇ ਔਰ ਜਿਹੜੇ ਸਾਰੇ ਕਲਰਸ ਦੀ ਐਮਬਰਾਇਡਰੀ ਹੈ ਜਿਹੜੀ ਦਿੱਤੀ ਹੋਈ ਹੈ ਉਸ ਨਾਲ ਦਾ ਇਹ ਜਿਹੜਾ ਦੁਪੱਟਾ ਹੈ ਜੀ। ਇਹ ਦੇਖੋ ਮਲਟੀ ਸ਼ੇਡਡ ਆ ਜਿਹੜਾ ਵਰਕ ਹੈ ਔਰ ਮਲਟੀ ਸ਼ੇਡਡ ਹੀ ਦੁਪੱਟਾ ਹੈ। ਇਹ ਜਿਹੜੇ ਦੁਪੱਟੇ ਹੈਗੇ ਆ ਜੀ ਮਿਲ ਡਾਈਡ ਆਉਂਦੇ ਆ ਔਰ ਇਹਨਾਂ ਦੇ ਬਹੁਤ ਹੀ ਬ੍ਰਾਈਟ ਜੇ ਕਲਰ ਹੁੰਦੇ ਆ। ਅਗਰ ਜੇ ਅਸੀਂ ਇਹਨੂੰ ਡਾਈ ਕਰਵਾਉਣੇ ਹੋ ਜਾਂਦੇ ਆ ਪਰ ਇੰਨੇ ਬ੍ਰਾਈਟ ਜਿਹੜੇ ਸ਼ੇਡ ਆ ਉਹ ਨਹੀਂ ਆਉਂਦੇ ਜਿਵੇਂ ਇਸ ਤਰ੍ਹਾਂ ਮਿਲ ਡਾਈਡ ਦੁਪੱਟਿਆਂ ਦੇ ਵਿੱਚ ਆਉਂਦੇ ਆ। ਸੋ ਤੁਸੀਂ ਸੇਮ ਆਰਡਰ ਵੀ ਕਰ ਸਕਦੇ ਹੋ ਜੀ, ਸੇਮ ਕਲਰ ਕੰਸੈਪਟ 'ਤੇ, ਲਾਈਟ ਪਿਸਤਾ, ਪਿੰਕ, ਪੀਚ, ਕਿਸੇ ਵੀ ਸ਼ੇਡ 'ਤੇ ਬਣਾ ਸਕਦੇ ਹੋ ਇਹਨੂੰ। ਹਰ ਇੱਕ ਸ਼ੇਡ 'ਤੇ ਜਿਹੜੀ ਇਹਦੀ ਗ੍ਰੇਸ ਬਹੁਤ ਵਧੀਆ ਆਉਂਦੀ ਹੈ। ਸੋ ਇਸੇ ਤਰ੍ਹਾਂ ਆਪਾਂ ਜਿਹੜੇ ਕਾਫੀ ਸ਼ੇਡਸ 'ਤੇ ਇਹਨੂੰ ਬਣਾ ਚੁੱਕੇ ਹਾਂ ਔਰ ਲਾਈਟ, ਬਿਲਕੁਲ ਲਾਈਟ ਸ਼ੇਡ ਲਾਉਂਗੇ ਅਤੇ ਉਹਦੇ 'ਤੇ ਡਾਰਕ ਐਮਬਰਾਇਡਰੀ ਹੈ ਜਿਹੜੀ ਬਹੁਤ ਅੱਛੀ ਲੱਗੂਗੀ। ਸੋ ਇਹਨੂੰ ਤੁਸੀਂ ਕਿਸੇ ਵੀ ਲਾਈਟ ਸ਼ੇਡ 'ਤੇ ਟਰਾਈ ਕਰ ਸਕਦੇ ਹੋ ਅਗਰ ਤੁਸੀਂ ਕਰੀਮ 'ਤੇ ਨਹੀਂ ਕਰਨਾ ਚਾਹੁੰਦੇ। ਸੋ ਕਰੀਮ ਨਾਲ ਇਹਦਾ ਕੰਸੈਪਟ ਆ ਜਿਹੜਾ ਮੈਂ ਤੁਹਾਨੂੰ ਦਿਖਾ ਚੁੱਕੀ ਹਾਂ। ਸੋ ਇਸੇ ਤਰ੍ਹਾਂ ਜੀ ਆਪਾਂ ਤੁਹਾਡੇ ਨਾਲ ਨੈਕਸਟ ਵੀਡੀਓ ਦੇ ਵਿੱਚ ਨਵੀਂ ਨਵੀਂ ਐਮਬਰਾਇਡਰੀ ਸ਼ੇਅਰ ਕਰਾਂਗੇ। ਅਗਰ ਤੁਹਾਨੂੰ ਇਹ ਸੂਟ ਪਸੰਦ ਹੈ ਤਾਂ ਤੁਸੀਂ ਮੇਰੇ ਵਟਸਐਪ ਨੰਬਰ 'ਤੇ ਜਾ ਕੇ 7589231377 'ਤੇ ਜਾ ਕੇ ਤੁਸੀਂ ਮੈਨੂੰ ਕੋਈ ਵੀ ਸੂਟ ਦਾ ਸਕਰੀਨਸ਼ੋਟ ਭੇਜ ਕੇ ਪ੍ਰਾਈਸ ਜਾਣ ਸਕਦੇ ਹੋ, ਦੈਨ ਆਪਣਾ ਆਰਡਰ ਆ ਜਿਹੜਾ ਫਾਈਨਲ ਕਰ ਸਕਦੇ ਹੋ। ਸੋ ਇਸੇ ਤਰ੍ਹਾਂ ਜੀ ਨਵੇਂ ਨਵੇਂ ਡਿਜ਼ਾਇਨਿੰਗ ਦੇਖਣ ਲਈ ਬਣੇ ਰਹੇ ਮੇਰੇ ਚੈਨਲ ਬੀ ਸਟਾਈਲਿਸ਼ 'ਤੇ। ਵੀਡੀਓ ਵਾਚ ਕਰਨ ਲਈ ਬਹੁਤ ਬਹੁਤ ਥੈਂਕ ਯੂ ਜੀ, ਥੈਂਕ ਯੂ ਸੋ ਮੱਚ।